ਕਿਹਨ ਰੈਡੀ ਆ ਵਰਡ ਨੂੰ ਲੈਣ ਦੇ ਲਈ ਬਾਈਬਲ ਦੇ ਲਿਖਿਆ ਆਪਣਾ ਵਚਨ ਭੇਜ ਕੇ ਚੰਗਿਆਂ ਕਰਦਾ ਆਉਣ ਵਾਲੀ ਤਬਾਹੀ ਤੋਂ ਬਚਾਉਂਦਾ ਉਤਪਤੀ ਕੱਢਾਂਗੇ ਉਹਦਾ 6 ਅਧਿਆਏ ਉਹਦੀ 9 ਐਤੋਂ ਲੈ ਕੇ 12 ਐਤ ਤੱਕ ਜੈਨੇਸੀ ਕੈਪੀਟਲ 6 ਦਾ ਵਰਸੈਟੋ 9 ਅਲ 12 Questa è la posteriorità di Noè. Noè fu uomo giusto, integro ai suoi tempi. Noè camminò con Dio. Noè generò 3 figli, Sem, Cam e Jafet. Ora la terra era corrotta davanti a Dio. La terra era piena di violenza. Dio guardò la terra ed ecco, era corrotta, poiché tutti erano diventati corrotti sulla terra. Amen. Amen. Utpati 6 adhyay 9 to leke 12 tak. ਇਹ ਨੂਹ ਦੀ ਕੁਲਪਤਰੀ ਹੈ ਨੂਹ ਇੱਕ ਧਰਮੀ ਮਨੁੱਖ ਸੀ ਅਤੇ ਆਪਣੀ ਪੀੜ੍ਹੀ ਵਿੱਚ ਸੰਪੂਰਨ ਸੀ ਅਤੇ ਨੂਹ ਪਰਮੇਸ਼ਵਰ ਦੇ ਨਾਲ ਨਾਲ ਚੱਲਦਾ ਸੀ ਨੂਹ ਦੇ 3 ਪੁੱਤਰ ਸਨ ਅਰਥਾਤ ਸ਼ੇਮ ਅਰਹਾਮ ਅਰ ਯਾਫਤ ਧਰਤੀ ਪਰਮੇਸ਼ਵਰ ਦੇ ਅੱਗੇ ਵਿਗੜੀ ਹੋਈ ਸੀ ਅਰ ਧਰਤੀ ਜ਼ੁਲਮ ਨਾਲ ਭਰੀ ਹੋਈ ਸੀ ਤਾਂ ਪਰਮੇਸ਼ਵਰ ਨੇ ਧਰਤੀ ਨੂੰ ਡਿੱਠਾ ਅਤੇ ਵੇਖੋ ਉਹ ਵਿਗੜੀ ਹੋਈ ਸੀ ਕਿਉਂ ਜੋ ਸਾਰੇ ਸਰੀਰਾਂ ਨੇ ਆਪਣੇ ਮਾਰਗ ਨੂੰ ਧਰਤੀ ਉੱਤੇ ਵਿਗਾੜ ਲਿਆ ਸੀ ਹਲੇਲੂਇਆ ਅੱਖਾਂ ਨੂੰ ਬੰਦ ਕਰਕੇ ਬੁਲੰਦ ਆਵਾਜ਼ ਵਿੱਚ ਅੰਗੀਕਾਰ ਕਰੋ ਅੱਜ ਮੈਂ ਜਿੰਨਾ ਵਚਨ ਸੁਣਾ ਇਹ ਵਚਨ ਮੇਰੀ ਜ਼ਿੰਦਗੀ ਦੇ ਵਿੱਚ 100 ਗੁਣਾ ਫਲ ਲੈ ਕੇ ਆ ਰਿਹਾ ਔਰ ਇਹ ਫਲ ਯੇਸ਼ੂ ਦੇ ਨਾਮ ਦੇ ਵਿੱਚ ਬਣੇ ਰਹਿਣ ਯੇਸ਼ੂ ਦੇ ਸਾਮਰਥੀ ਸਾਮਰਥੀ ਨਾਮ ਦੇ ਵਿੱਚ ਆਮੀਨ ਹਲੇਲੂਇਆ ਬਾਈਬਲ ਵਿੱਚ ਆਪਾਂ ਪੜਿਆ ਨੂਹ ਨਬੀ ਦੇ ਬਾਰੇ ਤਾਂ ਲਾ ਬੀਬੀ ਅਬਿਆਮੋ ਲੈਟੋ ਦੀ ਨੋਏ ਬਾਈਬਲ ਤੇ ਲਿਖਿਆ ਨੂਹ ਇੱਕ ਧਰਮੀ ਇਨਸਾਨ ਸੀ ਤੇ ਆਪਣੀ ਪੀੜ੍ਹੀ ਵਿੱਚ ਉਹ ਸੰਪੂਰਨਤਾਈ ਦੇ ਨਾਲ ਪਰਮੇਸ਼ਵਰ ਦੇ ਨਾਲ ਚੱਲਦਾ ਸੀ ਐਂਡ ਲਾ ਬੀਬੀ ਚ ਸਕ੍ਰਿਟੋ ਨੋਏ ਏਰਾ ਉਹ ਜੂਸਟੋ ਇੰਟੈਗਰੋ ਤਾਂ ਸੇ ਕੰਟੈਂਪੋਰਾਨੀ ਤੇ ਲਿਖਿਆ ਜਿਹੜੀ ਧਰਤੀ ਆ ਉਹ ਪਰਮੇਸ਼ਵਰ ਦੀ ਨਿਗਾਹ ਦੇ ਵਿੱਚ ਪਰਮੇਸ਼ਵਰ ਦੇ ਅੱਗੇ ਵਿਗੜੀ ਹੋਈ ਸੀ ਸਭ ਲੋਕਾਂ ਨੇ ਆਪਣੇ ਚਾਲਾਂ ਆਪਣੇ ਕੰਮ ਵਿਗਾੜ ਲਏ ਸੀ La Bibbia c'è scritto che Dio quando aveva guardato la terra l'ha trovata corrotta a causa delle persone che c'erano sulla terra. Jado sari tarti, sari prithvi ne, whole world, sare sansar ne apni chal vigadi hoiya, sara sansar ik side nu chal reha, Bible te likhya, no nabi, parmeshwar de naal, sampurnatai de naal, chalda si, oh parmeshwar di nigah de vich tarmi si. Quando Dio ha guardato la terra era corrotta a causa di tutte le persone, ma proprio tutte le persone che erano pervertite sulla terra. Ma soltanto Noè era una persona giusta negli occhi di Dio. Nella Bibbia c'è scritto di essere integri così come il vostro Dio onnipotente. ਸਾਰੀ ਧਰਤੀ ਸਾਰੇ ਲੋਕ ਇੱਕ ਸਾਈਡ ਨੂੰ ਜਾ ਰਹੇ ਵਾ ਨੂੰ ਦੂਸਰੀ ਸਾਈਡ ਨੂੰ ਪਰਮੇਸ਼ਵਰ ਦੀ ਸਾਈਡ ਨੂੰ ਜਾ ਰਿਹਾ ਆ ਟੁੱਟ ਲੇ ਪਰਸੋਨੇ ਕਿ ਆਵੀਵਨ ਪਰਵਰਤੀਤੋ ਅੰਦਾਵਨ ਦੋਨਾ ਪਾਰਤੇ ਸੁਲਤਾਨਤੋ ਨੋਏ ਆਵੀਵਾ ਅੰਦਾਵਾ ਦੋਨਾ ਅਲਟਰਾ ਪਾਰਤੇ ਤੇ ਨੂੰ ਪਰਮੇਸ਼ਵਰ ਦੀ ਨਿਗਾਹ ਦੇ ਵਿੱਚ ਧਰਮੀ ਠਹਿਰਿਆ ਸੰਪੂਰਨ ਠਹਿਰਿਆ ਐਨ ਲਾ ਬੀਬੀ ਚਸਕੀ ਤੋ ਨੋਏ ਅਲੀ ਓਕੀ ਦੀ ਦਿਓ ਨਿਪੋਟੈਂਟੇ ਏਰਾ ਉਨ ਊਮੋ ਜੂਸਟੋ ਐ ਇੰਟੈਗਰੋ ਇਹਦਾ ਮਤਲਬ ਕੀ ਆ ਕਿ ਕੋਜ਼ਾ ਸਿਗਨੀਫਿਕਾ ਕੋਈ ਇਹਦਾ ਮਤਲਬ ਇਹ ਆ ਜਦੋਂ ਸਾਰੀ ਦੁਨੀਆ ਚਾਹੇ ਪੂਰਾ ਸੰਸਾਰ ਜਿੱਧਰ ਨੂੰ ਮਰਜ਼ੀ ਜਾਵੇ ਅਗਰ ਤੁਸੀਂ ਇਕੱਲੇ ਪਰਮੇਸ਼ਵਰ ਦੇ ਨਾਲ ਸਹੀ ਚੱਲਣਾ ਚਾਹੋ ਤੇ ਤੁਹਾਡੇ ਲਈ ਪੋਸੀਬਲ ਆ ਜਿੱਦਾਂ ਨੂਹ ਦੇ ਲਈ ਪੋਸੀਬਲ ਸੀ Questo significa che non importa dove stanno andando le persone, che cosa stanno facendo sulla terra, ma così come lo era possibile per Noè, è possibile anche per voi essere persone giuste agli occhi di Dio. Jadon log kehnde nahi nahi thodi ji hera feri to bina innik ta karni paini nahi ta business chalna nahi no jadon sare log ਉਲਟ ਸਾਈਡ ਨੂੰ ਜਾ ਰਿਹਾ ਨੂੰ ਇਕੱਲਾ ਹੀ ਇੱਕ ਰਾਈਟ ਸਾਈਡ ਨੂੰ ਜਾ ਰਿਹਾ ਸੀ ਪੂਰੀ ਦੁਨੀਆ 'ਚ ਇਕੱਲਾ ਹੀ ਇਹ ਉਹਦੇ ਲਈ ਪੋਸੀਬਲ ਸੀ ਚੱਲਣਾ ਆਮੀਨ ਅੱਜ ਜਿਹੜਾ ਦੀ ਅੱਜ ਦੇ ਪਰਸਨ ਨੇ ਕੁਆਂਡਸ ਬੋਲ ਕੁੰਦੇ ਐਕਟੀਵਿਟੀ ਲੈਬੋਰੇਟਰੀ ਵੇ ਪੈਂਸਰੋ ਕਿ ਆਂਕਸ ਦੋ ਵੈਸੀਮੋ ਫਾਰ ਦੇ ਪਿਕੋਲੇ ਫ੍ਰੀਕਰਟੂਰੇ ਨੋਨ ਸੀ ਅਕੋਰਜਰੇਬੇ ਨਿਸੂਨੋ ਮਨੂਏ ਅਵੇਵਾ ਕਮਿਨਾਟੋ ਕੋਨ ਦਿਓ ਨਿਪੋਟੈਂਟ ਐਡ ਏਰਾ ਜੂਸ ਨੇ ਲਿਓ ਕਰੀ ਦਿਓ ਪਰਤਾਂਤੋ ਸੇ ਪੋਸੀਬਲ ਹੈ ਪਰ ਲੂਈ ਹੈ ਪੋਸੀਬਲ ਆਂਕੇ ਪਰ ਵੋਈ ਜਦੋਂ ਲੋਕ ਕਹਿੰਦੇ ਨਹੀਂ ਥੋੜਾ ਬਹੁਤ ਹੁਣ ਝੂਠ ਮਾੜਾ ਮੋਟ ਛੋਟਾ ਜਾਇਆ ਇਹਦੀ ਕੀ ਗੱਲ ਆ ਨੋ ਜਦੋਂ ਸਾਰੇ ਲੋਕ ਇੱਕ ਬੰਦੇ ਨੂੰ ਚੱਲ ਰਿਹਾ ਨੂੰ ਖਰਿਆਈ ਦੇ ਨਾਲ ਇੱਕ ਬੰਦੇ ਨੂੰ ਕੱਲਾ ਹੀ ਚੱਲ ਰਿਹਾ ਇਹ ਉਹਦੇ ਲਈ ਪੋਸੀਬਲ ਸੀ ਕੁਆਂਡ ਲੇ ਪਰਸੋਨੇ ਦਿਕਨ ਕੇ ਪੋਸਨ ਦਿਰ ਲੇ ਮੈਂਸੋਨੀ ਓ ਦਿਰ ਦੇ ਪਿਕੋਲੇ ਬੁਜੀਏ ਨੋ ਨੋ ਦੋਵੇਤੇ ਦਿਲੇ ਪਰਕੇ ਸੇ ਲੋ ਏਰਾ ਪੋਸੀਬਲ ਪਰ ਨੋ ਹੈ ਐਸਰ ਲੂਮੋ ਜੂਸ ਆਲੀ ਓਕ ਦੀ ਦਿਓਨੀ ਪੋਟੈਂਟ ਹੈ ਪੋਸੀਬਲ ਆਂਕੇ ਪਰ ਵੋਈ ਇਹਦਾ ਮਤਲਬ ਤੁਹਾਡੇ ਅੱਗੇ ਵਾਲਾ ਕੀ ਕਰਦਾ ਪਿੱਛੇ ਵਾਲਾ ਕੀ ਕਰਦਾ ਸੱਜੇ ਵਾਲਾ ਖੱਬੇ ਵਾਲਾ ਕੀ ਕਰਦਾ ਇਹ ਕੋਈ ਮਾਇਨੇ ਨਹੀਂ ਰੱਖਦਾ ਅਗਰ ਤੁਸੀਂ ਪਰਮੇਸ਼ਵਰ ਨਾਲ ਸਹੀ ਚੱਲਣਾ ਚਾਹੋ ਇਹ ਪੋਸੀਬਲ ਹੈ Questo significa non importa cosa fanno le persone davanti, dietro, destra o sinistra, ma se voi avete deciso di diventare una persona giusta agli occhi del Signore, voi lo potete fare. Alleluia! 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 Alleluia.
oh parmeshwar de vich tade le kuch vi impossible nahi aa prabhu de vich io per voi ogni cosa è possibile hallelujah hallelujah har cheez tade le possible aa ogni cosa per voi è possibile jo tusi thal lavoge onu tusi kar lavoge quando prenderete una decisione voi lo porterete a termine jitana tusi vishwas karoge utana tusi kar lavoge la fede che avrete quello vi porterà i risultati amen amen oggi dipende tu si chi carna c'è nella life di vici oggi dipende che cosa volete voi ottenere nella vostra vita hallelujah hallelujah likhya log odo khande pinde si anand karde si ash prasti bible di study dasdi a pap odo sikarte si nella bibbia c'è scritto le persone mangiavano bevevano si divertivano nella bibbia addirittura c'è scritto le persone gli uomini erano pervertiti jidda ajj va duniya di vici così come lo è anche al giorno di oggi church yaad rakhna ਅੱਜ ਤੁਸੀਂ ਨੂਹ ਦੀ ਤਰ੍ਹਾਂ ਬਣਨਾ ਆ ਉਸ ਨੋਆ ਦੀ ਤਰ੍ਹਾਂ ਬਣਨਾ ਵਾ ਉਸ ਖੁਦਾ ਦੇ ਬੰਦੇ ਦੀ ਤਰ੍ਹਾਂ ਬਣਨਾ ਵਾ ਜਿਹੜਾ ਦੁਨੀਆ ਨੂੰ ਛੱਡ ਕੇ ਇਕੱਲਾ ਹੀ ਪਰਮੇਸ਼ਵਰ ਦੇ ਨਾਲ ਚੱਲਣ ਦਾ ਬਲ ਰੱਖਦਾ ਸੀ ਆਮੀਨ ਕੋਈ ਇਹ ਮੋਲਟ ਇੰਪੋਰਟੈਂਟ ਕਪੀਰੇ ਕੁਐਸੋ ਕਿ ਵੋਈ ਨੋ ਡੋਵੇਟੇ ਗੁਆਰਡਾਰ ਲੇ ਆਲਟਰ ਪਰਸੋਨੇ ਕੇ ਕੋਸਾ ਸਟਾਨੋ ਫਾਚੇਂਡੋ ਸੂਲਾ ਟੇਰਾ ਆਂਕੇ ਸੇ ਸੋਨੇ ਪਰਵਰਟੀਤੀ ਵੋਈ ਡੋਵੇਟੇ ਗੁਆਰਡਾਰੇ ਕੋਲੋ ਕੇ ਹਾ ਫਾਟੋ ਨੋਏ ਕੁਸੀ ਕੇ ਵੋਈ ਗੁਆਰਡਾਂਡੋ ਲੂਈ ਪੋਟੇਟੇ ਫਾਰੇ ਆਂਕੇ ਵੋਈ ਲਾ ਸੇਸਾ ਕੋਸਾ ਕੇ ਹਾ ਫਾਟੋ ਲੂਈ ਆਮੀਨ ਇੱਕ ਬਹੁਤ ਵੱਡੀ ਦਲੇਰੀ ਸੀ ਕੁਐਸੋ ਰਿਕੇਦੇਵਾ ਉਨ ਕੋਰਾਜੋ ਇੱਕ ਬਹੁਤ ਵੱਡਾ ਬਲ ਸੀ chiedeva molto molta forza ek bahut bada anugrah si odi life de utte questa era è una grazia che aveva Noè sulla sua su di sé ohi anugrah tadia life fate ave la stessa ohi anugrah tadia life fate ave su di voi ohi anugrah tadia life fate sulle vostre vite hallelujah hallelujah church yaad rakhna agar tusi parmeshwar de naal chalna chahunde ha tanu duniya ki kardi e maine nahi rakhda udhar dhyan nahi de Chiesa, ricordatevi molto bene, se voi volete camminare con Dio, voi non dovete guardare che cosa stanno facendo le altre persone sulla terra. Gera vachan vich tanu kehda chahunda aa? Quello che oggi prete Johnson vi vuole predicare. Agar Noah di Noah di translation karde Hebrew language de vich. Se dovessimo fare la traduzione del nome Noè nell'ebreo. Te Noah da matlab ha rest, aram. Questo significa avere pace. Noah nabi kyon ye kar paya? Perché per Noè era possibile fare questo? Perché o spirit de vich, atma de vich rest wala, aram wala insaan. Perché lui nello spirito era una persona che aveva pace. E se perché Daud vi Zabur de vich kenda ke Khudavand nu udikdi rahe, aram nal meri jaan, meri soul, meri atma. Per questo Davide ha scritto nei Salmi che il mio spirito, la mia anima aspetta con pace Dio onnipotente. ਅੱਜ ਤੁਸੀਂ ਸਪਿਰਿਟ ਦੇ ਵਿੱਚ ਰੈਸਟ ਵਾਲੇ ਇਨਸਾਨ ਬਣਨਾ ਅਗਰ ਤੁਸੀਂ ਵੱਡੇ ਕੰਮ ਕਰਨਾ ਚਾਹੁੰਦੇ ਪਰਮੇਸ਼ਵਰ ਦੇ ਕੋਲੋਂ ਬ੍ਰੇਕ ਥਰੂ ਛੁਟਕਾਰਾ ਲੈਣਾ ਚਾਹੁੰਦੇ ਆ ਤੁਹਾਨੂੰ ਸਪਿਰਿਟ ਦੇ ਵਿੱਚ ਆਰਾਮ ਵਾਲੇ ਬਣਨਾ ਪੈਣਾ ਆਤਮਾ ਦੇ ਵਿੱਚ ਆਰਾਮ ਵਾਲੇ voi dovete essere persone calme, tranquille e pieni di pace nel vostro spirito e nella vostra anima se voi volete avere la vostra redenzione e la liberazione ਕਿਉਂਕਿ ਨੂ ਨਬੀ ਦੇ ਲਈ ਤੁਹਾਡੀ ਸੋਚ ਤੋਂ ਵੱਡਾ ਚੈਲੰਜ ਸੀ ਉਸ ਸਮੇਂ ਤੁਹਾਡੀ ਸੋਚ ਤੋਂ ਵੱਡਾ perché per Noè a quei tempi quello che aveva davanti era molto molto grande rispetto a quello che voi vedete al giorno di oggi study ਦੱਸਦੀ ਉਹਦਾ ਸੋਕਾ ਪਿਆ ਹੋਇਆ ਸੀ ਔਰ ਲੱਗੀ ਹੋਈ ਸੀ ਉਸ ਸਮੇਂ ਦੇ ਵਿੱਚ ਬਾਰਿਸ਼ ਨਹੀਂ ਸੀ ਹੋ ਰਹੀ ਪਾਣੀ ਦੀ ਕਮੀ ਸੀ gli studiosi hanno dimostrato che in quel periodo non vi era la pioggia sulla terra hallelujah hallelujah ਤੇ ਨੂ ਨਬੀ ਇਹ ਪ੍ਰਚਾਰ ਕਰ ਰਿਹਾ ਵਾ ਕਿ ਮਨ ਫਿਰਾ ਲੋ ਬਾੜ ਆਉਣ ਵਾਲੀ ਆ ਬਾਰਿਸ਼ ਆਵੇਗੀ ਹੜ ਆਵੇਗਾ ਤੁਸੀਂ ਰੁੜ ਜਾਵੋਗੇ e Noè continuava a dire alle persone a questi uomini che non avevano pervertito dillo di pentire perché verranno le acque e saranno talmente tante che le persone annegheranno hallelujah hallelujah ਅੱਜ ਵੀ ਲੋਕ ਇਹ ਕਹਿੰਦੇ ਲੋਕ ਖੁਦਾ ਦੇ ਬੰਦੇ ਕੁਝ ਬਿਬਲੀਕਲ ਗੱਲ ਕਰਦੇ ਹੋ ਕਹਿੰਦੇ ਦਾ ਦਿਮਾਗ ਖਰਾਬ ਆ le persone anche quelle bibliche quelli coloro che non credono pensano che queste cose siano fasulle ek man of god di menu testimony yada prete johnson si ricorda di un servo di dio che aveva dato una testimonianza india de vich sade rishtedari a e in india tra l'altro un loro parente jado prabhu de vich aaye prabhu de naal sahi chalna shuru kita sach bolna shuru kita prabhu diyan gallan karniyan shuru kitiyan quando questa persona ha si è pentito ha cominciato a camminare con dio e ha cominciato a dire la verità ot apni oh dasde si ek meeting de vich ke unade andiyan gwandiyan ne rishtedaran ne amritsar to jehde pagal khane wale sad le ke nu le jao hallelujah e quando lui ha cominciato poi a fare evangelismo moltissime persone tra l'altro anche i suoi vicini di casa avevano chiamato delle persone che potessero portare via questa persona perché ritenevano che quella persona era diventata una persona pazza ore e koi banai hoi gal nahi ki
ਲਾਸਟ ਸੰਡੇ ਤੁਸੀਂ ਸੌਂਗ ਸੁਣਿਆ ਸੀ ਉਹ ਉਸ ਮੈਨ ਆਫ ਗੋਡ ਦੀ ਜਿਹੜਾ ਮਰਕਸ ਨੇ ਡੈਡੀ ਨੇ ਗਾਇਆ ਜਿਨ੍ਹਾਂ ਨੇ ਉਹ ਸੌਂਗ ਲਿਖਿਆ ਵਾ ਮੈਂ ਉਹਨਾਂ ਦੀ ਗੱਲ ਕਰ ਰਿਹਾ Tra l'altro queste non sono soltanto delle cose raccontate così a caso, ma sono cose veritiere. Tra l'altro è stato anche dimostrato la canzone che la persona che aveva scritto, che tra è stato cantato da fratello Marcus. Hallelujah. Questo era un impegno molto grande per noi. Perché o aram vala insan si, spirit de vich, atma vich aram vala insan si, o sab kuch kar paya. Perché Noè aveva calma e tranquillità nella sua anima. Jadon tadi spirit aram de vich hovegi, tadi atma aram de vich ravegi, tusi har cheez kar pavoge. Quando nel vostro spirito vi sarà la pace, voi potete fare tutto ciò che voi ritenete fare. Bible che Suleiman de li ek gal likhi a. Nella Bibbia c'è scritto che Suleiman de rajye de vich ode sare saalan de vich koi vi ladai, koi vi jhagda nahi hoya, koi vi gadbad nahi hoyi. Chan aman shanti rahi durante il regno amore per la finale di Davide non le guerre infatti per tutto il momento che abbiamo vissuto con calma e tranquillità e pace peace rahi shanti rahi isse karke Suleiman jinni tarakki kise hor ne nahi kiti amen lui aveva pace calma e tranquillità e infatti è riuscito ad ottenere tutto il successo di cui lui aveva bisogno o voleva avere e in quel periodo non vi erano altre persone con lo stesso successo che aveva Solomone. Ode rajye de vich shanti si parmeshwar ne odia hadda nu vadhaya. Amen. Nel regno di Solomone vi era pace, calma e tranquillità. Per questo lui fu benedetto. Tusi atma de vich aram de naal ravonge, parmeshwar tadi hadda nu vadhaunge. O tadi hadda nu vadhaunge, increase karnge. Quando vi sarà la pace nel vostro spirito, Dio vi benedirà in modo abbondante. Suleiman nu e sama milya ਕਿ ਉਹ ਆਰਾਮ ਦੇ ਨਾਲ ਬੈਠ ਕੇ ਸੋਚ ਸਕੇ ਬਿਜ਼ਨਸ ਨੂੰ ਕਿਸ ਲੈਵਲ ਤੇ ਲੈ ਕੇ ਜਾਣਾ ਬਿਜ਼ਨਸ ਨੂੰ ਕਿੱਦਾਂ ਵਧਾਉਣਾ ਵਾ ਪਰਮੇਸ਼ਵਰ ਦੇ ਲਈ ਹੈਕਲ ਕਿੱਦਾਂ ਤਿਆਰ ਹਰ ਚੀਜ਼ ਉਹਨੇ ਆਰਾਮ ਦੇ ਵਿੱਚ ਬੈਠ ਕੇ ਸੋਚੀ ਕਿਉਂਕਿ ਕੋਈ ਝਗੜਾ ਕੋਈ ਲੜਾਈ ਕੋਈ ਗੜਬੜ ਨਹੀਂ ਸੀ ਸੋਲੋਮੋਨੇ ਅਵਿੰਦੋ ਪਾਚੇ ਟ੍ਰੈਂਕੁਇਲਿਟੀ ਨੈਲ ਸੋ ਸਪਿਰਿਟੋ ਆ ਪੋਟੂਟੋ ਮੈਡੀਟਾਰੇ ਕੋਮੇ ਫਾਰ ਲੇ ਕੋਜ਼ ਕਿ ਲੂਈ ਰਿਟੇਨੇਵਾ ਫਾਰੇ ਅੱਜ ਜਦੋਂ ਹਾਲਾਤ ਤੁਹਾਡੇ ਉਲਟ ਵਾ ਤੁਹਾਡੇ ਮਾੜੇ ਆ ਬਿਮਾਰੀ ਦੇ ਹੋ ਸਕਦੇ ਕਿਸੇ ਵੀ ਚੀਜ਼ ਦੇ Se al giorno di oggi nella vostra vita le circostanze vi sono contro, apni atma nu aram de vich rakhna sikh lena va. Voi dovete imparare ad avere la pace nel vostro spirito. E jande hoye ke koi vi cheez parmeshwar to luki hoyi nahi. Sapendo molto bene che nulla vi è nascosto agli occhi di Dio. E jande hoye ke parmeshwar sab kujh dekh raha hai. Sapendo molto bene che Dio guarda ogni cosa. E believe karde hoye ke parmeshwar kuch vi galat hon credendo che Dio non vi farà perdere nulla e believe karde hoye ke parmeshwar mere layi best karan ja raha credendo in questo che Dio quello che vi darà sarà la parte migliore e kado hovega jado Noah rest tadi life de vich hovega quando questo potrà accadere quando voi sarete come Noè cioè tranquilli calmi nello spirito Noah ek hebreo name jida matlab rest peace shanti ha Noè è un nome ebraico che significa pace, calma, tranquillità. Agar tusi aram de vich ravoge tadi spirit aram de vich ravegi. Jidda Noah nabi di si, jehda kam puri duniya nahi kar payi oh Noah kar paya. Tusi aram de vich ravoge, jehda kam puri duniya nahi kar pavegi tusi kar paoge. Amen. Se voi avrete la pace e la calma che aveva Noè ha potuto fare quello che nessun'altra persona poteva fare sulla terra. Se voi avrete pace, calma, tranquillità nel vostro spirito, voi sarete in grado di fare quello che nessun altro uomo è in grado di fare sulla terra. Amen. Hallelujah. Hallelujah. Jadon Bible de vich quando dalla Bibbia Nehemia de bare padde ha. Parliamo di Nehemia. Nehemia name jehda ehda meaning vi eh hi ha ke Parmeshwar to comfort aram paya hoya. Quando parliamo di Nehemia dalla Bibbia, Nehemia è un altro nome che significa colui che ha avuto la pace da Dio onnipotente. Nehemia jehda aram paya hoya jehda ek raje de mahal de vich rehnda si. Nehemia colui che aveva ottenuto la pace da Dio onnipotente ed abitava in un regno di un re. Uch padvi te aram wali zindagi shano shaukat wali zindagi ji reha ha. E stava su una posizione molto molto elevata ed aveva una vita molto tranquilla. Parmeshwar da aram odi zindagi de vich dentro di lui vi era la pace, calma e la tranquillità di Dio onnipotente. Jo peace de vich Parmeshwar nu ek vision ditta ke ja. Quando lui era in pace, Dio gli ha dato una visione. E aram wali jagah chhad ke Jerusalem nu ja jehdiyan kandha
ਟੁੱਟੀਆਂ ਟੱਟੀਆਂ ਹੋਈਆਂ ਵਾ ਉਹ ਰੀਬਿਲਡ ਕਰਨ ਵਾਲਾ ਆ Dio per mezzo di quella visione gli ha detto di lasciare la sua posizione attuale che era quella di calma, tranquillità e pace, andare in Gerusalemme dove vi sono cadute le mura e di andare a ricostruirle. Te Nehemia raje to chutti leke janda Nehemia chiede il permesso al re e apri logan de kol apri country de vich poi tornò al suo paese alla sua nazione te jina logan de layo janda jis sheher de layo janda oh sheher de log oh log ode angest bolna shuru kar dende Quando Nehemia si è recato in quel posto, da quelle persone, di quella città, di quel luogo, quelle stesse persone si sono attorcigliate contro Nehemia. Te una di mukhalfat virodha da unne react vi nahi kita, koi complaint nahi kiti, o focus de vich apne kam de vich laga riha. Hallelujah! Il fatto che le persone si erano attorcigliate contro di lui, Nehemia non diede nessuna risposta, perché lui aveva fissato un obiettivo e continuava a fare per mezzo di quella visione che lui aveva avuto da Dio Onnipotente. Oh, jina lokali mel wali aram wali life chaddi oh log vi khilaf bol rahe ha. Lui è la persona che aveva lasciato un palazzo reale e si era recato da queste persone per ricostruire le mura di Gerusalemme e le persone della dello stesso luogo si erano attorcigliate contro Nehemia. Hun soch ke vekho apni life te jadon khuda da peace tadi life ch nahi aa tade na koi edda kare tusi kehna ja yaar main tera karke mahal chhadya tu utto minna hi okha ho janna. Se dovesse essere una persona normale che non ha pace dentro di sé e dovesse fare questo compito, lui avrebbe detto io ho mollato il palazzo reale per fare questo e vengo trattato così? ਉਹ ਕਰ ਪਾਇਆ ਕਿਉਂਕਿ ਪਰਮੇਸ਼ਵਰ ਤੋਂ ਆਰਾਮ ਪੀਸ ਪਾਇਆ ਹੋਇਆ ਇਨਸਾਨ ਮੈਂ ਨਹੀਂ ਮੈਂ ਫੂ ਇਨ ਗ੍ਰਾਡੋ ਦੀ ਪਾਰਲੋ ਪਰਕੇ ਲੂਈ ਰਾ ਲਾ ਪਰਸੋਨਾ ਕੇ ਹਾਵੇ ਰਿਸੀਵਡ ਰਿਪੋਸੋ ਐ ਪਾਚ ਦਾ ਦਿਓ ਨਿਪੋਟੈਂਟ ਹਾਲੇਲੂਇਆ ਹਾਲੇਲੂਇਆ ਆਈ ਤਾਨੂੰ ਆਪਣੀ ਸਪਿਰਿਟ ਨੂੰ ਆਤਮਾ ਨੂੰ ਆਰਾਮ ਦੇ ਵਿੱਚ ਰੱਖਣ ਦੀ ਲੋੜ ਆ ਵੋ ਯੂ ਹੈਵ ਦ ਬਿਜ਼ੋਨੀਓ ਦੀ ਆਵੇਰ ਪਾਚ ਐ ਕਾਲਮਾ ਐ ਟ੍ਰਾਂਕੁਇਲਿਟਾ ਨੇਲ ਵੋਸਟਰੋ ਸਪਿਰਿਟੋ ਜ਼ਬੂਰ 127 ਦੀ ਦੁਆਇਤ ਦੇ ਵਿੱਚ ਲਿਖਿਆ ਆ Nel Salmi capitolo numero 127 versetto numero 2 c'è scritto che ho apne premia nu apne priye nu apne pyar karn walyan nu neend de vich bless kar dinda neend de vich de dinda c'è scritto che Dio benedice nel sonno le persone che lui ama hallelujah hallelujah tarif karo zordar prabhu di ਸਬੂਰ 127 ਉਹਦੀ ਦੁਆ ਹੈ ਤੁਹਾਡਾ ਸਵੇਰ ਦਾ ਉੱਠਣਾ ਤੇ ਅਵੇਰ ਤੱਕ ਬੈਠੇ ਰਹਿਣਾ ਤੇ ਦੁੱਖਾਂ ਦੀ ਰੋਟੀ ਖਾਣਾ ਵਿਅਰਥ ਹੈ ਉਹ ਤਾਂ ਆਪਣੇ ਪ੍ਰੀਤਮ ਨੂੰ ਨੀਂਦ ਥੱਲੇ ਉਹਦਾ ਜਿਹੜਾ ਖੋਲ ਕੇ ਉਹਦਾ ਮੀਨਿੰਗ ਲਿਖਿਆ ਨੀਂਦ ਵਿੱਚ ਦਿੰਦਾ ਹੈ ਆਮੀਨ ਹੈਲੇਲੂਇਆ ਜੋ ਤੁਸੀਂ ਆਰਾਮ ਦੇ ਨਾਲ ਵੇਟ ਕਰ ਰਹੇ ਆ ਪੀਸ ਦੇ ਵਿੱਚ ਆ ਖੁਦਾ ਤੁਹਾਡੀਆਂ ਸਾਰੀਆਂ ਲੋੜਾਂ ਨੂੰ ਪੂਰਾ ਕਰ ਦਿੰਦਾ Amen. Il prete ha letto Salmo numero 127 versetto numero 2 In vano vi alzate di buon mattino e tardi andate a riposare Voi che mangiate un pane di fatica al suo prediletto egli lo darà nel sonno Amen. Hallelujah. Hallelujah. Jidda ek baccha apni maa di kukh de vich god de vich aram aram de naal baitha rehnda Eda Parmeshwar de hatthan de vich Parmeshwar di god de vich baithe rehna hai Amen. Come un bambino sta in pace nel grembo della madre così voi dovete stare con Dio onnipotente ਬੱਚੇ ਨੂੰ ਇੰਨੀ ਚਿੰਤਾ ਨਹੀਂ ਹੁੰਦੀ ਕਿ ਫੀਡ ਕਿੱਥੋਂ ਆਣੀ ਉਹਨੂੰ ਪਤਾ ਹੁੰਦਾ ਕਿ ਮੰਮੀ ਨੇ ਲੈ ਆਣੀ ਆ ਹਾਲੇਲੂਇਆ ਉਹ ਬੰਬੀਨੋ ਨੋ ਸੀ ਪ੍ਰੀਓਕਪਾ ਦੇਲ ਮੰਜਾਰੇ ਪਰਕੇ ਸਾ ਮੋਲਟੋ ਬੇਨੇ ਕਿ ਸੇ ਲੂਈ ਦੋਵੇਸੀ ਅਵੇਰੇ ਫਾਮੇ ਲਾ ਸਾ ਮਾਮਾ ਲਈ ਪੋਰਟਰਾ ਦਾ ਮੰਜਾਰੇ ਆਪਣਾ ਜ਼ੋਰ ਲੈਣਾ ਬੰਦ ਕਰ ਦੋ ਖੁਦਾ ਦੀ ਗੋਦ ਦੇ ਵਿੱਚ ਉਹਦੀ ਛਾਇਆ ਉਹਦੇ ਹੱਥ ਦੇ ਥੱਲੇ ਬੈਠ ਜਾਵੋ ਖੁਦਾ ਤੁਹਾਡੀ ਹਰ ਇੱਕ ਲੋੜ ਨੂੰ ਪੂਰਾ ਕਰੇਗਾ ਉਹ ਤੁਹਾਡੀ ਹਰ ਜ਼ਰੂਰਤ ਨੂੰ ਪੂਰਾ ਆਮੀਨ ਮੈਟੇਟੇ ਦੀ ਮੈਟਰ ਲਾ ਵੋਸਟਰਾ ਫੋਰਸਾ ਐ ਕ੍ਰੇਡਿਟ ਇਨ ਡੀਓ ਪਰਕੇ ਓਨੀ ਕੋਜ਼ਾ ਦੀ ਕੋਈ ਵੋਈ ਅਵੇਤੇ ਬਿਜ਼ੋਨੀਓ ਡੀਓ ਵੀ ਦਰਾ ਆਮੀਨ ਨੋਆ ਨੂ ਨਬੀ ਇੱਕ ਹਿਸਟਰੀ ਲਿਖ ਪਾਇਆ ਆਰਾਮ ਦੇ ਵਿੱਚ ਸੀ ਇਸ ਕਰਕੇ ਲਿਖ ਪਾਇਆ ਨੋਏ ਫੂ ਇਨ ਗ੍ਰਾਡੋ ਦੀ ਸਕ੍ਰਿਵਰ ਲਾ ਸਟੋਰੀਆ ਫੂ ਇਨ ਗ੍ਰਾਡੋ ਪਰ ਕੇ ਇਰਾ ਉਹਨਾ ਪਰਸੋਨਾ ਕੇ ਅਵੇਵਾ ਕਾਲਮਾ ਨੇ ਲੋ ਸੋ ਸਪਿਰਿਟੋ ਨਹਮਿਆ ਇੱਕ ਹਿਸਟਰੀ ਲਿਖ ਪਾਇਆ ਆਰਾਮ ਦੇ ਵਿੱਚ ਸੀ ਉਹਦੀ ਆਤਮਾ ਇਸ ਲਈ ਲਿਖ ਪਾਇਆ ਨੇਮਿਆ ਫੂ ਇਨ ਗ੍ਰਾਡੋ ਦੀ ਸਕ੍ਰਿਵਰ ਲਾ ਸਟੋਰੀਆ ਪਰ ਕੇ ਲੂ ਅਵੇਵਾ ਪਾਚੇ ਨੇ ਲੋ ਸੋ ਸਪਿਰਿਟੋ ਸੁਲੇਮਾਨ ਨੇ ਇੱਕ ਹਿਸਟਰੀ ਲਿਖੀ ਅਮਨ ਸ਼ਾਂਤੀ ਦੀ ਚੈਨ ਦੀ ਆਰਥਿਕ ਗ੍ਰੋਥ ਦੀ ਕਿਉਂਕਿ ਉਹ ਆਰਾਮ ਦੇ ਵਿੱਚ ਸੀ Solomone fu in grado di scrivere la storia perché lui era stato benedetto grazie alla pace che lui aveva nel suo spirito. Main prarthna karda har ko battle oh ladai jo tade dimag de vich chal rahi aa Parmeshwar tanu aaram deve. Parmeshwar tanu aaram deve. Parmeshwar tanu aaram deve. Oh tanu shanti deve. Oh tanu peace deve. Oh tanu peace deve. Amen. Yaad rakhna ਜੋ ਤੁਹਾਡੀ ਆਤਮਾ ਆਰਾਮ ਦੇ ਵਿੱਚ ਰਹੇਗੀ ਨੂੰ ਦੀ ਤਰ੍ਹਾਂ ਸਾਰੀ ਦੁਨੀਆ
ساری دنیا پوری دنیا ایک طرفا نو آرام دے نال ایک طرفا وہ کر پایا تسی کر پاؤ گے جدو آرام دے نال چلو گے تسی کر پاؤ گے اگر پیس تیرے وچ رہو گے Sappiate molto bene, ricordate molto bene, quando voi avrete la pace dentro di voi, non importa cosa fanno le altre persone, se vanno da una parte, voi così come ha fatto Noè, è andato da un'altra parte, quindi se vi sarà calma, pace e tranquillità nel vostro spirito, per voi sarà possibile fare tutto ciò che Noè ha fatto. Amen. 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 Nehemia Yerushalem di Atutia Kandanu, rebuild Karpaya, Duara Brapaya, che permesso a Rampaya Hoya. انسان او تسی اپنی لائف نو ریسٹور کرو گے جدو آرام دے وچ رہ کے چلو گے جدو پیس دے وچ رہ کے چلو گے grado di ricostruire le mura che erano state distrutte di Gerusalemme. Fu in grado, grazie alla visione che lui aveva ricevuto da Dio Onnipotente per mezzo del suo nome che significa pace. Voi sarete in grado di ricostruire le vostre vite e ogni parte della vostra vita se voi avrete la pace nel vostro spirito. Amen. 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 Oda apne pritam nu ninde vech hi dinda. Al suo prediletto egli lo darà nel sonno. Alleluia. Alleluia. Han ninde vech eh ni kare ja ke ਪੱਖਾ ਚਲਾ ਕੇ ਤੇ ਕੰਬਲ ਲੈ ਕੇ ਸੌ ਜਾਣਾ ਹਾਲੇਲੂਇਆ ਬੂਸਤਾ ਪਾਗਾ ਆਪੇ ਨਹੀਂ ਅਕਾਊਂਟ ਚ ਆਉਣਾ ਹਾਲੇਲੂਇਆ ਨੈਲ ਸੋਨੋ ਕੁਐਸਚਨ ਨੋਨ ਵੋਲ ਦਿਰੇ ਕਿ ਵੋਇ ਦੋਵੇਤੇ ਕੰਪੋਰਟਾਰਵੀ ਇਨ ਚਰਟੋ ਮੋਡੋ ਚੋ ਅੰਦਾਰੇ ਕਾਜ਼ਾ ਚੰਦਰ ਵੈਂਟੀਲਾਟੋਰੇ ਐ ਮੈਟਰੇ ਸੂਲਾ ਕੋਪਰਟਾ ਅੰਦਾਰੇ ਦੋਰਮੀਰੇ ਹਾਲੇਲੂਇਆ ਚਰਕਾਤੇ ਨੀ ਨੋਨ ਐਸਰੇ ਸੂਪੀ ਇਹਦਾ ਮਤਲਬ ਇਹ ਆ ਜਿਹੜਾ ਆਪਣਾ ਤੁਸੀਂ ਕੰਮ ਕਰ ਰਹੇ ਕੁਛ ਵੀ ਕਰ ਰਹੇ ਆ ਰਿਵਾਰਡ ਦਾ ਉਹਦੇ ਫਲ ਦਾ ਇੰਤਜ਼ਾਰ ਆਰਾਮ ਦੇ ਨਾਲ ਪਰਮੇਸ਼ਵਰ ਦੇ ਕੋਲੋਂ ਕਰਨਾ ਹੈ ਪਰਮੇਸ਼ਵਰ ਤੇ ਵਿਸ਼ਵਾਸ ਰੱਖ ਕੇ ogni cosa che voi state facendo con tutta la fede dovete credere in Dio così che lui vi possa dare la ricompensa. Amen. 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 Ai to pad tavel tadi shanti nu kharab na kar pave o tadi shanti nu bhang na kar pave o tade peace nu chura na pave o tade aaram nu chura na pave nessuno può far parte la pace tadi spirit aaram de vich rave ਤੁਹਾਡਾ ਆਤਮਾ ਆਰਾਮ ਦੇ ਵਿੱਚ ਰਵੇ ਆਰਾਮ ਦੇ ਵਿੱਚ ਰਵੇ ਇਨ ਪਾਚੇ ਔਰ ਅੱਜ ਤੁਹਾਡਾ ਦਿਨ ਆ ਅੱਜ ਇਲ ਵਸਤਰੋ ਜੋ ਉਸ ਪੀਸ ਉਸ ਆਰਾਮ ਨੂੰ ਲੈਣ ਦਾ ਦਿਨ ਆ ਯਿਸੂ ਦੇ ਨਾਮ ਤੇ ਰਿਸੀਵਰ ਲਾ ਪਾਚੇ ਉਸ ਪੀਸ ਨੂੰ ਲੈਣ ਦਾ ਦਿਨ ਆ ਯਿਸੂ ਦੇ ਨਾਮ ਤੇ ਰਿਸੀਵੇਤੇ ਲਾ ਪਾਚੇ ਹਾਲੇਲੂਇਆ ਹਾਲੇਲੂਇਆ ਨੋਆ ਕਰ ਪਾਇਆ ਦੁਨੀਆ ਤੋਂ ਵੱਖਰਾ ਤੁਸੀਂ ਕਰ ਪਾਵੋਗੇ ਦੁਨੀਆ ਤੋਂ ਵੱਖਰਾ ਜਦੋਂ ਪੀਸ ਦੇ ਵਿੱਚ ਨੋਏ ਫੁਨ ਗ੍ਰੇਡੋ ਦੀ ਫਾਰੇ ਉਨਾ ਕੋਸਾ ਡਿਵਰਸਾ ਆਂਕੇ ਵੋਈ ਲੋ ਸਾਰੇਟਨ ਗ੍ਰੇਡੋ ਦੀ ਫਾਰੇ ਕੁਆਂਡੋ ਵੀ ਸਰਾ ਲਾ ਪਾਚੇ ਕਰਨਾ ਦੂਰ ਦੀ ਗੱਲ ਆ ਦੁਨੀਆ ਸਾਰੀ ਇੱਕ ਬਨੇ ਦੂਜੇ ਬੰਨੇ ਨੂੰ ਚੱਲਣਾ ਹੀ ਔਖਾ ਵਾ ਨੋ ਨਬੀ ਕਰ ਪਾਇਆ ਤੁਸੀਂ ਕਰ ਪਾਵੋਗੇ ਹਾਲੇਲੂਇਆ ਇਲ ਫਾਰੇ ਇਹ ਉਹ ਨਾ ਪਰੋਲਾ ਮੋਲਟੋ ਗ੍ਰੋਸਾ ਪਰਕੇ ਲੇ ਆਲਟੇ ਪਰਸੋਨੇ ਅੰਦਾਵਨ ਤੁਤੇ ਕੁਆਂਟੇ ਦੁਨਾ ਪਾਰਤੇ ਮਾ ਨੋਏ ਏਰਾ ਲੂਨਿਕੋ ਕੇ ਅੰਦਾਵਾ ਦਲਾਲਟਰਾ ਪਾਰਤੇ ਚੋ ਕਮਿਨਾਵਾ ਕੋਨ ਡੀਓ ਹਾਲੇਲੂਇਆ ਹਾਲੇਲੂਇਆ ਜਦੋਂ ਸਾਰੀ ਦੁਨੀਆ ਇੱਕ ਬੰਨੇ ਨੂੰ ਚੱਲਦੀ ਹੈ ਇਕੱਲਾ ਬੰਦਾ ਇੱਕ ਬੰਨੇ ਨੂੰ ਉਹਨੂੰ ਕਈ ਵਾਰੀ ਆਪਣੇ ਆਪ ਤੇ ਡਾਊਟ ਹੋਣ ਲੱਗ ਪੈਂਦਾ ਯਾਰ ਮੈਂ ਸਹੀ ਜਾ ਰਿਹਾ Quando le persone vanno tutte quante in una direzione e una persona sola va nell'altra direzione, comincia addirittura a dubitare di se stesso, chiedendosi: tutte le persone vanno in questa direzione, io sto seguendo la direzione giusta? Oh, Shaitan t'hanno confuso na kar pave. Diavolo non sarà in grado di confondere. Non sarà in grado di confondere. Ma t'hanno tasta harico chis. Ogni cosa. Jedi vachan to parva. O cade di permesso di will nahi hai. Ogni cosa che ha di fuori della Bibbia non è la volontà di Dio. Har oh cheez jede vich parmeshwar da vachan tut reha va o parmeshwar de vallo nahi hai. Ogni cosa che spezza quello che c'è scritto nella Bibbia non è la volontà di Dio. Amen. 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 Ma do tin hafte pehla ek word ditta si ke har darwaza jo tade age khulya va o parmeshwar de vallo. Alcune settimane fa Preta Johnson aveva predicato e aveva detto: ogni porta che vi si apre davanti, non tutte le porte sono aperte da Dio. Amen. Amen. Hallelujah. Hallelujah. Appa vade vade man of God di attestmani sundeya jede ikalle challan de kapil hoye aj peed unna nu follow kar rahi aa tusi ikalle chaloge peed tanu follow karegi tusi ikalle sahi direction te javoge peed tade piche aavegi. Amen. Apne paira te khade hoke us peace nu le lavo ਉਸ ਸ਼ਾਂਤੀ ਨੂੰ ਲੈ ਲਵੋ ਉਸ ਸ਼ਾਂਤੀ ਨੂੰ ਲੈ ਲਵੋ ਉਸ ਪੀਸ ਨੂੰ ਲੈ ਲਵੋ ਅਬਿਆਦ ਲਾ ਪਾਚੀ ਨਾ ਸਮਝੇ ਕੋ ਸੋ ਕੋ ਨ ਕੋ ਤੋ ਰਸਬੂ ਆਓ ਕਿੰਨੇ ਘੜੇ ਅੱਜ ਦੇ ਵਰਡ ਨੂੰ ਸਮਝਿਆ ਤੁਸੀਂ ਨੋ ਨਬੀ ਦੀ ਤਰ੍ਹਾਂ ਇੱਕ ਕੱਲਿਆਂ ਨੇ ਵੱਖਰੀ ਹਿਸਟਰੀ ਲਿਖਣੀ ਆ ਤੁਹਾਨੂੰ ਸਪੀਡ ਦੇ ਵਿੱਚ ਆਰਾਮ ਦੇ ਨਾਲ ਰਹਿਣਾ ਪੈਣਾ ਨਿਹਮਿਆ ਦੀ ਤਰ੍ਹਾਂ ਇੱਕ ਵੱਡਾ ਕੰਮ ਕਰਨਾ ਆਰਾਮ ਦੇ ਵਿੱਚ ਰਹਿਣਾ ਸੁਲੇਮਾਨ ਦੀ ਤਰ੍ਹਾਂ ਹਿਸਟਰੀ ਲਿਖਣੀ ਆ ਪੀਸ ਦੇ ਵਿੱਚ ਰਹਿਣਾ ਆ ਤੁਹਾਡੀ ਸਪਿਰਟ ਤੁਹਾਡੀ ਆਤਮਾ ਇੱਕ ਆਰਾਮ ਦੇ ਵਿੱਚ ਹੋਵੇ ਇੱਕ ਪੀਸ ਦੇ ਵਿੱਚ ਹੋਵੇ ਇਸ਼ੂ ਦੇ ਸਮਰਥੀ ਸਮਰਥੀ ਨਾਮ ਦੇ ਵਿੱਚ